ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਜੀ ਹੁਣ ਘਰਾਂ ਵਿੱਚ ਬਿਜਲੀ ਆਵੇਗੀ ਇਸ ਤਰ੍ਹਾਂ ਸੋਣ ਹਰ ਕੋਈ ਰਹਿ ਗਿਆ ਹੈਰਾਨ ਸਾਰੀ ਦੁਨੀਆ ਤੇ ਚਰਚਾ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਜਾਣਕਾਰੀ ਤੁਹਾਨੂੰ ਮਿਲ ਸਕੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸਾਲ 1890 ਦੇ ਦਹਾਕੇ ਵਿੱਚ ਨਿਕੋਲਾ ਟੈਸਲਾ ਨੇ ਬਿਨਾ ਤਾਰ ਦੇ ਬਿਜਲੀ ਦੀ ਸਪਲਾਈ ਕਰਨ ਦੀ ਕਲਪਨਾ ਕੀਤੀ ਸੀ ਜਿਸ ਨੂੰ ਅਸਲੀਅਤ ਦੇ ਵਿੱਚ ਲਿਆਉਣ ਦਾ ਕੰਮ ਐਮ ਰੋਡ ਸਟਾਰਅਪ ਕੰਪਨੀ ਵੱਲੋਂ ਕੀਤਾ ਜਾ ਰਿਹਾ ਤੇ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਮੁਤਾਬਕ ਨਿਊਜ਼ੀਲੈਂਡ ਦੀ ਸਰਕਾਰ ਮੌਜੂਦਾ ਸਮੇਂ ਐਮ ਰੋਡ ਸਟਾਰਅਪ ਕੰਪਨੀ ਦੇ ਨਾਲ ਮਿਲ ਕੇ ਬਿਨਾ ਤਾਰਾਂ ਤੋਂ ਬਿਜਲੀ ਸਪਲਾਈ ਦੇਣ ਦੀ ਪ੍ਰਕਿਰਿਆ ਦੇ ਵਿੱਚ ਰੁਚੀ ਹੋਈ ਹੈ ਇਹ ਚੀਜ਼ਾਂ ਦੇਖਣ ਅਤੇ ਸੁਣਨ ਦੇ ਵਿੱਚ ਬਹੁਤ ਅਜੀਬ ਲੱਗਦੀਆਂ ਹਨ ਪਾਰਾ ਐਸਰ ਟੈਕਨੋਲੋਜੀ ਨੂੰ ਪਹਿਲਾਂ ਤੋਂ ਹੀ ਵਿਕਸਿਤ ਕੀਤਾ ਜਾ ਚੁੱਕਾ ਹੈ ਤੇ ਹੁਣ ਇਸ ਦੀ ਮਹੱਤਤਾ ਜਾਣਨ ਦੇ ਵਾਸਤੇ ਇਸ ਦੀ ਕੇਸ ਸਟਡੀ ਵੀ ਕੀਤੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਾ ਟਰਾਇਲ ਇਸੇ ਹੀ ਸਾਲ ਵਿੱਚ ਸ਼ੁਰੂ ਹੋ ਜਾਵੇਗਾ। ਨਿਊਜ਼ੀਲੈਂਡ ਦੇ ਵਿੱਚ ਬਿਜਲੀ ਮੁਹੱਈਆ ਕਰਵਾਉਣ ਵਾਲੀ ਦੂਜੀ ਸਭ ਤੋਂ ਵੱਡੀ ਕੰਪਨੀ ਪਾਵਰੋ ਪਾਵਰ ਕੋ ਐਮਰੋਡ ਸਟਾਰਅਪ ਕੰਪਨੀ ਦੇ ਬਿਨਾਂ ਤਾਰਾ ਦੇ ਬਿਜਲੀ ਸਪਲਾਈ ਕਰਨ ਵਾਲੀ ਤਕਨੀਕ ਦਾ ਪ੍ਰੀਖਣ ਸ਼ੁਰੂ ਕਰੇਗੀ। ਇਸ ਕੰਮ ਦੇ ਬਾਅਦ ਤੇ ਦੂਮੇ ਕੰਮ ਪੜੀਆਂ ਟੈਸਟ ਕਰਨ ਦੇ ਲਈ 130 ਫੁੱਟ ਦੇ ਇੱਕ ਪ੍ਰੋਟੋਟਾਈਪ ਵਾਇਰਲੈਸ એનર્ਜੀ 인ਫਰਾਸਟ੍ਰਕਚਰ ਨੂੰ ਸਥਾਪਿਤ ਕਰਨ ਦੀ ਯੋਜਨਾ ਬਣਾਈ